असी ऑल पार्टी मीटिंग हिस्सा लैण दे लई पहुंचे हाँ और मैं समझदा कि एक बहुत वड्डी साजिश है जिहदे तहत अद्धे पंजाब दे उपर गाहे बगाहे जिहड़ा कब्जा है वह केंद्र का करवा दिता गया है। 11 तारीख नूं यह नादरशाही फैसला जिहड़ा कि संघी ढांचे दे बिल्कुल उल्ट है वह आया सीगा ते अज 25 तारीक यानी कि 15 दिनों बाद सरकार सुती पई जागी है। 11 तारीख नूं फैसला आउंदा है और उस तो 6 दिन पहला पंजाब दे मुख्यमंत्री साहब चरणजीत सिंह चन्नी साहब दिल्ली जांदे ने, होम मिनिस्टर अमित शाह नूं मिलदे ने ते उन्हां नूं डिमांड करदे ने कि इंटरनेशनल बॉर्डर है जिहड़ा वह पूर्ण तौर दे उपर सील कर दिता जाए कि एक पंजाब दे विच लॉ एंड ऑर्डर की सिचुएशन है जिहड़ी कि वह पंजाब सरकार तो चन्नी साहब तो वह कंट्रोल नहीं हो रही हैगी। हिस्सा लैण दे लई पहुंचे हां और मैं समझदा कि एक बहुत वड्डी साजिश है जिहदे तहत अद्धे पंजाब दे उपर गाहे बगाहे जिहड़ा कब्जा है वह केंद्र का करवा दिता गया है। 11 तारीख नूं यह नादरशाही फैसला जिहड़ा कि संघी ढांचे दे बिल्कुल उल्ट है वह आया सीगा ते अज 25 तारीख यानी कि 15 दिनों बाद सरकार सुती पई जागी है ते यह मीटिंग बुलाई है जबकि यह इन्ना इंपोर्टेंट इशू है कि इमीजिएटली मीटिंग बुलाई जानी चाहिए सीगी। और सब तो वड्डा सवाल यह है कि 11 तारीख नूं यह फैसला आउंदा है और उस तो 6 दिन पहला पंजाब दे मुख्यमंत्री साहब चरणजीत सिंह चन्नी साहब दिल्ली जांदे ने, होम मिनिस्टर अमित शाह नूं मिलदे ने ते उन्हां नूं डिमांड करदे ने कि इंटरनेशनल बॉर्डर है जिहड़ा वो पूर्ण तौर दे उपर सील कर दिता जावे क्योंकि ड्रग्स और जिहड़े वैपन ने वो आ रहे ने पिछे करे भाजी की दा इह कहण नाल दो गल्लां तुसीं एडमिट कर लईआं कि एक पंजाब दे विच लॉ एंड ऑर्डर की सिचुएशन है जिहड़ी कि वो पंजाब सरकार तो चन्नी साहब तो वो कंट्रोल नहीं हो रही हैगी ਇਹ ਵੱਡਾ ਸਵਾਲ ਬਣਦਾ ਹੈ। ਔਰ ਦੂਜੀ ਗੱਲ ਅਜਿਹੀ ਕੀ ਗੱਲ ਹੋਈ ਅਜਿਹੀ ਕੀ ਡੀਲ ਹੋਈ ਜਾਂ ਅਜਿਹਾ ਕੀ ਸੌਦਾ ਹੋਇਆ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕੇਂਦਰ ਦੇ ਨਾਲ ਕਿ 6 ਦਿਨਾਂ ਬਾਅਦ ਹੀ ਅਜਿਹਾ ਫੈਸਲਾ ਕਰ ਦਿੱਤਾ ਗਿਆ ਕਿ ਜਿਹਦੇ ਨਾਲ ਅੱਧਾ ਪੰਜਾਬ ਹੈ ਉਹਨਾਂ ਦੇ ਕਬਜ਼ੇ ਦੇ ਵਿੱਚ ਕਰ ਦੇ ਦਿੱਤਾ ਜਾਂਦਾ ਹੈ। ਔਰ ਉਸ ਤੋਂ ਵੀ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਇੱਕ ਫੈਸਲੇ ਦੇ ਨਾਲ ਕਾਂਗਰਸ ਔਰ ਬੀਜੇਪੀ ਦੀ ਮਾਨਸਿਕਤਾ ਜਿਹੜੀ ਉਹ ਝਲਕਦੀ ਹੈ ਇੱਕ ਬਰਾਬਰ ਹੈ क्योंकि 2011 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਔਰ ਯੂਪੀਏ ਦੀ ਸਰਕਾਰ ਸੀ ਉਸ ਸਮੇਂ ਯੂਪੀਏ ਵੀ ਇੱਕ ਬਿੱਲ ਕਾਨੂੰਨ ਲੈ ਕੇ ਆਈ ਸੀ ਪਾਰਲੀਮੈਂਟ ਦੇ ਵਿੱਚ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ BSF ਨੂੰ ਐਸ ਪਰ ਬਾਰਡਰ ਸਿਕਿਉਰਿਟੀ ਫੋਰਸਿਸ ਐਕਟ 1968 ਦੇ ਤਹਿਤ ਇਹ ਪੂਰੇ ਮੁਲਕ ਦੇ ਵਿੱਚ ਕਿਤੇ ਵੀ ਸੀ ਸਰਚ ਅਰੈਸਟ ਕਰਨ ਦੀਆਂ ਪਾਵਰਾਂ ਜਿਹੜੀਆਂ BSF ਨੂੰ ਦੇ ਦਿੱਤੀਆਂ ਜਾਣ। 2011 'ਚ ਰਾਜ ਸਭਾ 'ਚ ਲੈ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕੀਤਾ ਅਤੇ ਉਸ ਸਮੇਂ ਚਿਦੰਬਰਮ ਸਾਹਿਬ ਨੇ ਇਹਨੂੰ ਵਿਦਡਰਾਅ ਕੀਤਾ। ਅੱਜ ਉਹੀ 10 ਸਾਲ ਬਾਅਦ BJP ਨੇ ਇਹ ਫੈਸਲਾ ਕਰ ਦਿੱਤਾ। ਸੋ ਸਾਡਾ ਸਵਾਲ ਵੱਡਾ ਅੰਦਰ ਇਹ ਹੋਊਗਾ ਕਿ ਕੀ ਇਹੋ ਜਿਹੀਆਂ ਮਜਬੂਰੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਤੁਸੀਂ ਅੱਧਾ ਪੰਜਾਬ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਸੰਭਾਲ ਦਿੱਤਾ ਇਹ ਪੁੱਛਣਾ ਬਣਦਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਦੇ ਹਿਊਮਨ ਰਾਈਟਸ ਦੀ ਮੈਂ ਸਮਝਦਾ ਕਿ ਗਾਹੇ ਬਗਾਹੇ BJP ਕਿਉਂਕਿ ਕੇਂਦਰ ਸਰਕਾਰ ਜਿਸ ਤਰੀਕੇ ਦੇ ਪੰਜਾਬ ਦੇ ਵਿੱਚ ਹਾਲਾਤ ਬਣਾ ਰੱਖੇ ਨੇ ਕਿਸਾਨਾਂ ਦਾ ਦਮਨ ਹੋ ਰਿਹਾ ਹੈ ਇੱਥੇ ਹਰੇਕ ਵਰਗ ਦੇ ਨਾਲ ਧੱਕਾ ਹੋ ਰਿਹਾ ਪੋਲੀਟੀਕਲ ਵੈਂਡੇਟਾ ਹੋ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਸਵਾਲ ਕਰਨਾ ਕਿ ਕੀ ਅਜੇ ਤੁਹਾਡੀਆਂ ਮਜਬੂਰੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਤੁਸੀਂ ਪਹਿਲਾਂ ਇਸ ਫੈਸਲੇ ਦੇ ਨਾਲ ਇੱਕ ਤਰੀਕੇ ਨਾਲ ਡਿਮਾਂਡ ਕਰਕੇ ਉਸ ਤੋਂ ਬਾਅਦ 14 ਦਿਨ ਟੱਪ ਗਏ ਨੇ ਅੱਜ ਅਤੇ ਅੱਜ ਸਰਕਾਰ ਸੁੱਤੀ ਪਈ ਜਾਂਦੀ ਹੈ। ਠੀਕ ਹੈ ਸਰ, ਥੈਂਕ ਯੂ। ਮੀਟਿੰਗ ਹੋਣ ਜਾ ਰਹੀ ਹੈ, ਕੀ ਕੁਝ ਗੱਲਬਾਤ ਹੋਏਗੀ? ਮੈਂ ਦੇ ਦਾਂਗਾ। ਅੱਛਾ, ਆਪ ਲੈ ਛੇਰੇ ਤਾਰਾਂ ਆ ਗਈਆਂ ਤੇਰੀਆਂ। ਹਾਂ ਬਸ ਇੱਥੇ ਰੱਖ। ਫੈਡਰਲ ਨੂੰ ਤੇ ਬੜੇ ਲੰਬੇ ਸਮੇਂ ਤੋਂ ਢਾਹ ਜਿਹੜੀ ਆ ਕੇਂਦਰ ਦੀਆਂ ਸਰਕਾਰਾਂ ਲਾਉਂਦੀਆਂ, ਇੱਕ ਤੋਂ ਬਾਅਦ ਇੱਕ ਜਿਹੜੇ ਆ ਉਹ ਫੈਸਲੇ ਜਿਹੜੇ ਆ ਸੂਬਿਆਂ ਦੇ ਅਧਿਕਾਰ ਕੋਲ ਆਉਣ ਵਾਲੇ। ਥੋੜ੍ਹਾ ਮਾਈਕ ਥੱਲੇ ਕਰ ਲਓ ਯਾਰ। ਉਹ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਪਿੱਛੇ ਹੋਏ, ਪਰ ਇਹ ਜਿਹੜਾ ਫੈਸਲਾ ਹੈ ਕਿ BSF ਦੀ ਜੁਰਿਸਡਿਕਸ਼ਨ ਜਿਹੜੀ ਆ ਜਾਂ ਇਹ ਤਾਂ ਮੈਂ ਕਹਿੰਦੇ ਕਿ ਟੋਟਲ ਜਿਹੜੀ ਸਟੇਟ ਦੀ ਇੰਟਰਨਲ ਵਰਕਿੰਗ ਹੈ, ਲਾਅ ਐਂਡ ਆਰਡਰ ਦੀ ਵਰਕਿੰਗ ਹੈ, ਉਹ ਘਟਾ ਉਹਦੇ ਉੱਤੇ ਸਿੱਧਾ ਹੀ ਡਾਕਾ। ਇਹ ਤਾਂ ਇੰਡਰੈਕਟਲੀ ਤੁਸੀਂ ਪ੍ਰੈਗਨੈਂਟ ਰੂਲ ਜਿਵੇਂ ਕਹਿੰਦੇ ਆ ਉਹ ਸਿੱਧਾ ਹੀ ਕੇਂਦਰ ਸਰਕਾਰ ਦਾ ਰਾਜ ਜਿਹੜਾ ਹੈਗਾ ਉਹਦੇ ਪੰਜਾਬ ਦੇ ਉੱਤੇ ਕਰ। ਇਸ ਕਰਕੇ ਅਸੀਂ ਬਹੁਤ ਇਸ ਫੈਸਲੇ ਤੋਂ ਚਿੰਤਤ ਹਾਂ ਔਰ ਸੂਬੇ ਦੀ ਸਰਕਾਰ ਨੂੰ ਵੀ ਪਹਿਲਾਂ ਐਕਸਪਲੇਨ ਕਰਨਾ ਪਊਗਾ ਕਿ ਹੋਇਆ ਕਿੱਦਾਂ, ਕਿਉਂਕਿ ਪਿਛਲੇ 5 ਸਾਲ ਤੋਂ ਇਹਨਾਂ ਦਾ ਰਾਜ ਆ
ਅੱਜ ਵੀ ਇਹਨਾਂ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਪਾਰਟੀ ਦੇ ਲੀਡਰ ਨੇ ਮਿਸਟਰ ਬਹੁਤੇ ਇਹਦੀ ਸਪੋਰਟ ਕਰੀ ਜਾ ਰਹੇ ਠੀਕ ਇਸ ਕਰਕੇ ਕਿਵੇਂ ਹੋਇਆ ਇਹ ਤਾਂ ਹੁਣ ਸਟੇਟ ਗਵਰਨਮੈਂਟ ਦੱਸੇਗੀ ਆਲ ਪਾਰਟੀ ਮੀਟਿੰਗ ਆਪਣਾ ਆਪਣਾ ਅਸੀਂ ਸਾਰਾ ਪੱਖ ਜਿਹੜਾ ਹੈਗਾ ਉਹ ਮੀਟਿੰਗ ਦੇ ਵਿੱਚ ਰੱਖਾਂਗੇ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਕਿ ਪਹਿਲਾਂ ਤਾਂ ਸਟੇਟ ਗਵਰਨਮੈਂਟ ਐਕਸਪਲੇਨ ਕਰੇ ਕਿ ਹੋਇਆ ਕਿੱਦਾਂ ਸਭ ਤੋਂ ਵੱਡਾ ਇਸ਼ੂ ਤਾਂ ਇਹ ਹੈ ਬੀਜੇਪੀ ਨੇ ਇਹ ਤਾਂ ਜਿਹੜੀ ਹੈ ਇਸ ਤੋਂ ਵੱਡਾ ਅਟੈਕ ਜਿਹੜਾ ਫੈਡਰਲ ਦੇ ਉੱਤੇ ਹੋਰ ਵੀ ਕੁਝ ਬੀਜੇਪੀ ਨੇ ਬਾਈਕਾਟ ਕੀਤਾ ਇਸ ਮੀਟਿੰਗ ਦਾ ਵੀ ਬਾਈਕਾਟ ਕੀਤਾ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ ਹੀ ਹੋਣਾ ਚਾਹੀਦਾ ਹੁਣ ਦੇਖੋ ਇਹ ਹੁਣ ਸਾਰੇ ਐਕਸਪੋਜ਼ ਹੋਣਗੇ ਇਸ ਮੀਟਿੰਗ ਦੇ ਵਿੱਚ ਕਿ ਕਿਹੜਾ ਕਿਹੜਾ ਸੂਬਿਆਂ ਦੇ ਹੱਕਾਂ ਵਾਸਤੇ ਖੜਾ ਅਤੇ ਕਿਹੜਾ ਕਿਹੜਾ ਖਿਲਾਫ ਹੈ ਇਸ ਕਰਕੇ ਇਸ ਮੁੱਦੇ ਦੇ ਉੱਤੇ ਸਪਸ਼ਟਤਾ ਆਪੇ ਅੱਜ ਦੇਖਦੇ ਹਾਂ ਕਿਹੜਾ ਕਿਹੜਾ ਆਉਂਦਾ ਅਤੇ ਕਿਹੜਾ ਕਿਹੜਾ ਅੰਦਰ ਆ ਕੇ ਕੀ ਗੱਲ ਕਰਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਸਵਾਗਤ ਕੀਤਾ ਅਕਾਲੀ ਦਲ ਦਾ ਤਾਂ ਸਾਰੀ ਉਮਰ ਦਾ ਜਿਹੜਾ ਸੰਘਰਸ਼ ਰਿਹਾ ਉਹ ਹਮੇਸ਼ਾ ਸੂਬਿਆਂ ਨੂੰ ਵੱਧ ਅਧਿਕਾਰ ਦਿਵਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਇਸ ਕਰਕੇ ਅਸੀਂ ਤਾਂ ਆਪਣੇ ਸਿਧਾਂਤ ਦੇ ਉੱਤੇ ਪਹਿਲਾਂ ਵੀ ਖੜੇ ਸੀ ਬੜੇ ਵੱਡੀਆਂ ਇਹਦੇ ਖਿਲਾਫ ਐਮਰਜੈਂਸੀ ਦੇ ਖਿਲਾਫ ਵੀ ਬੜਾ ਵੱਡਾ ਕੈਪਟਨ ਸਾਹਿਬ ਕਹਿੰਦੇ ਕਿ ਠੀਕ ਹੈ ਫੈਸਲਾ ਕੈਪਟਨ ਸਾਹਿਬ ਕਹਿੰਦੇ ਕਿ ਠੀਕ ਹੈ ਫੈਸਲਾ ਵਧੀਆ ਇਸੇ ਤਰ੍ਹਾਂ ਹੋਣਾ ਚਾਹੀਦਾ ਬੀਜੇਪੀ ਕਹਿੰਦੀ ਇਹ ਜਿਹੜੇ ਕੈਪਟਨ ਸਾਹਿਬ ਦੀ ਗੱਲ ਕਰੇ ਕਾਂਗਰਸ ਤੇ ਸਟੈਂਡ ਹੋ ਗਿਆ ਨਾ ਤੋਂ ਕਾਂਗਰਸ ਦੀ ਹੁਣ ਤੱਕ ਦੇ ਉਹੀ ਸੀ ਤੇ ਕਾਂਗਰਸ ਦੀ ਰਾਜ ਹੈ ਪਿਛਲੇ 5 ਸਾਲ ਤੋਂ ਪਰ ਸਰ ਇਹੀ ਅਸੀਂ ਜਿਹੜੀ ਹੈਗੀ ਆ ਅੰਦਰ ਹੁਣ ਕਲੈਰਿਟੀ ਆਏਗੀ ਪਰ ਚੀਮਾ ਜੀ ਕਹਿੰਦੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂ ਨੈਸ਼ਨਲ ਸਿਕਿਉਰਿਟੀ ਦੇ ਇਸ਼ੂ ਕਹਿ ਰਹੇ ਆ ਜਵਾਨ ਵੀ ਕਹਿੰਦੇ ਬਾਹਰੋਂ ਨਹੀਂ ਹੈਗੇ ਕੋਈ ਇੱਥੋਂ ਹੀ ਨੇ ਬੀਜੇਪੀ ਇਹ ਗੱਲ ਕਹਿੰਦੀ ਹੈ ਜੀ ਦੇਖੋ ਗੱਲ ਇਹ ਹੈ ਕਿ ਬਾਕੀ ਵੀ ਫੋਰਸਸ ਦੇ ਸਾਰੀਆਂ ਫੋਰਸਸ ਦੇ ਮੰਡੇਟ ਆ ਇੰਡੀਅਨ ਏਅਰ ਫੋਰਸ ਦਾ ਆਪਣਾ ਮੰਡੇਟ ਆ ਆਰਮੀ ਦਾ ਆਪਣਾ ਮੰਡੇਟ ਆ ਨੇਵੀ ਦਾ ਆਪਣਾ ਮੰਡੇਟ ਆ ਬਾਰਡਰ ਸਿਕਿਉਰਿਟੀ ਫੋਰਸ ਦਾ ਆਪਣਾ ਮੰਡੇਟ ਆ ਇਸੇ ਤਰ੍ਹਾਂ ਹੋਰ ਵੀ ਫੋਰਸਸ ਹੈ ਹਰ ਫੋਰਸ ਦਾ ਆਪਣਾ ਆਪਣਾ ਇੱਕ ਮੰਡੇਟ ਆ ਔਰ ਸਾਰਿਆਂ ਦੇ ਅਧਿਕਾਰ ਖੇਤਰ ਜਿਹੜੀ ਆਪੋ ਦੇ ਵਿੱਚ ਫੋਰਸਸ ਦਾ ਇੱਕ ਦੂਜੇ ਦੇ ਅਧਿਕਾਰ ਖੇਤਰ ਦੇ ਵਿੱਚ ਲਿਆਉਣਾ ਇਹ ਦੇਸ਼ ਦੇ ਹਿੱਤ ਦੇ ਵਿੱਚ ਵੀ ਨਹੀਂ ਆ ਫੋਰਸ ਦੇ ਹਿੱਤ ਦੇ ਵਿੱਚ ਵੀ ਨਹੀਂ ਬੜੇ ਮੈਚਿਓਰ ਡਿਸੀਜਨ ਹੋਣੇ ਚਾਹੀਦੇ ਆ ਰਾਜਨੀਤਿਕ ਡਿਸੀਜਨ ਨਹੀਂ ਹੋਣੇ ਚਾਹੀਦੇ ਠੀਕ ਹੈ ਠੀਕ ਹੈ BSF ਦੀ ਬੜੀ ਵੱਡੀ ਜਿਹੜੀ ਆ ਜ਼ਿੰਮੇਵਾਰੀ ਹੈ ਬੜੀ ਜਿਹੜੀ ਆ ਵੱਡੀ ਫੋਰਸ ਹੈ ਔਰ ਬੜੀ ਕੰਪੀਟੈਂਟ ਫੋਰਸ ਹੈ ਉਹਦੀ ਜ਼ਿੰਮੇਵਾਰੀ ਬਾਰਡਰ ਦੇ ਉੱਤੇ ਇਨਫਿਲਟ੍ਰੇਸ਼ਨ ਨੂੰ ਰੋਕਣ ਦੀ ਉੱਥੇ ਕ੍ਰੋਸ ਬਾਰਡਰ ਜਿਹੜੀ ਹੈਗੀ ਆ ਇਨਫਿਲਟ੍ਰੇਸ਼ਨ ਨੂੰ ਚੈੱਕ ਕਰਨ ਦੀ ਬੜਾ ਵੱਡਾ ਰੋਲ ਆ ਉਹਦੀ ਉਹਨੂੰ ਆਪਣਾ ਕਰਨ ਦੇ ਦਿੱਤੀ ਪੁਲਿਸ ਦੀ ਹੈ ਆਪਣਾ ਬਹੁਤ ਵੱਡਾ ਰੋਲ ਹੈ ਸਾਡੀ ਪੁਲਿਸ ਨੇ ਵੀ ਬਹੁਤ ਲੰਬਾ ਸਮਾਂ ਜਿਹੜਾ ਸੰਘਰਸ਼ ਕਰਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਵੀ ਆਪਣਾ ਇੱਕ ਬਹੁਤ ਵੱਡਾ ਇਤਿਹਾਸ ਹੈ ਇਸ ਕਰਕੇ ਫੋਰਸਿਸ ਨੂੰ ਨਹੀਂ ਆਪਣ ਦੇ ਵਿੱਚ ਟਕਰਾਅ ਦੇ ਵਿੱਚ ਲਿਆਉਣਾ ਚਾਹੀਦਾ ਇੱਕ ਦੂਜੇ ਦੇ ਜਿਊਰੀਸਡਿਕਸ਼ਨ ਦੇ ਵਿੱਚ ਇੰਟਰਫੇਅਰ ਕਰਨ ਦੇਣਾ ਚਾਹੀਦਾ ਔਰ ਨਾ ਇਸ ਤਰ੍ਹਾਂ ਦੀ ਰਾਜਨੀਤੀ ਕਿ ਇਸ ਤਰੀਕੇ ਤੁਸੀਂ ਬਹਾਨੇ ਲਾ ਕੇ ਇੱਥੇ ਸੂਬਿਆਂ ਦੇ ਹੱਕ ਖੋਲੋ ਵੱਡੀ ਗੱਲ ਤਾਂ ਸੰਵਿਧਾਨ ਦੀ ਹੈ ਕਿ ਦੇਸ਼ ਦਾ ਸੰਵਿਧਾਨ ਅਸੀਂ ਜਿਹੜਾ ਉਹਨੂੰ ਹੂ ਬਹੂ ਸੰਵਿਧਾਨ ਦੀਆਂ ਜਿਹੜੀਆਂ ਸ਼ਕਤੀਆਂ ਨੇ ਸੂਬਿਆਂ ਦੀਆਂ ਖੋਲੀਆਂ ਨੇ ਬੇਸਿਕ ਜਿਹੜਾ ਕੁਐਸਚਨ ਹੈ ਉਹ ਇਹ ਹੈ ਥੈਂਕ ਯੂ ਸਰ ਥੈਂਕ ਯੂ